ਅਕਾਲੀ ਦਲ ਨੇ ਕਚਹਿਰੀ ਦੇ ਵਿੱਚ ਆ ਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਝਾਂਜਰਾਂ ਅਤੇ ਵਿਕਾਸ ਦੀਆਂ ਜਿਹੜੀਆਂ ਐਨਕਾਂ ਨੂੰ ਨਜ਼ਰ ਨਹੀਂ ਆਉਂਦਾ ਪੰਜਾਬ ਦੇ ਵਿੱਚ ਵਿਕਾਸ ਉਹਨਾਂ ਦੇ ਪੂਰੇ ਕਾਂਗਰਸ ਦੇ ਉੱਤੇ ਗਾਂਧੀ ਪਰਿਵਾਰ ਦੀਆਂ ਦਿੱਲੀ ਤੋਂ ਮੰਗਵਾਈਆਂ ਹੋਈਆਂ ਐਨਕਾਂ ਜੜੀਆਂ ਨੇ ਅੱਜ ਉਹ ਐਨਕਾਂ ਲਵਾ ਕੇ ਪੰਜਾਬ ਦੇ ਵਿੱਚ ਪਿਆਰ ਅਤੇ ਸੱਚ ਦੀਆਂ ਐਨਕਾਂ ਉਹਨਾਂ ਨੂੰ ਪਵਾ ਕੇ ਗਏ ਹਾਂ। ਝਾਂਜਰਾਂ ਇਸ ਕਰਕੇ ਦਿੱਤੀਆਂ ਵੀ ਜਦੋਂ ਕਾਂਗਰਸ ਦਾ ਦਿਲ ਕਰਦਾ ਉਦੋਂ ਹੀ ਉੱਠ ਕੇ ਜਾ ਕੇ ਕਾਰਪੋਰੇਸ਼ਨ ਦੇ ਵਿੱਚ ਤਾਲੇ ਲਾਉਣ ਲੱਗ ਜਾਂਦੇ ਨੇ ਜਾਂ ਕੁੱਤੇ ਛੱਡ ਦਿੰਦੇ ਨੇ ਜਾਂ ਡੀਸੀ ਦਫ਼ਤਰ ਜਾ ਕੇ ਤਾਲੇ ਜਾਂ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਖਿਲਾਫ਼ ਲਾ ਐਂਡ ਆਰਡਰ ਦੀਆਂ ਗੱਲਾਂ ਕਰਦੇ ਨੇ। ਲਾ ਐਂਡ ਆਰਡਰ ਇਹਨਾਂ ਨੇ ਤੋੜਿਆ, ਪਹਿਲ ਇਹ ਕਰਦੇ ਨੇ, ਅਸੀਂ ਕਦੀ ਪਹਿਲ ਨਹੀਂ ਕੀਤੀ, ਹਮੇਸ਼ਾ ਸੱਚ ਦਾ ਪਹਿਰਾ ਦਿੱਤਾ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਵਿਕਾਸ ਕਰੋ, ਵਿਕਾਸ ਵਿਨਾਸ਼ ਨਾ ਕਰੋ, ਇਹ ਵਿਨਾਸ਼ ਕਰਦੇ ਨੇ। ਅਤੇ ਜਿਹੜੇ ਸਾਡੇ ਮਾਨਯੋਗ ਡਿਪਟੀ ਉਪ ਮੁੱਖਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਬੋਲੂਗਾ, ਅਸੀਂ ਉਹਨਾਂ ਦਾ ਪ੍ਰੋਟੈਸਟ ਉਹਨਾਂ ਦੇ ਘਰ ਜਾ ਕੇ ਕੋਠੀ ਦੇ ਖਿਲਾਫ਼ ਕਰਾਂਗੇ। ਅਸੀਂ ਚੇਤਾਵਨੀ ਦਿੰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਹਿਬਾਨਾਂ ਦੇ ਗਿੱਟ ਗਿੱਟ ਲੰਮੀਆਂ ਜ਼ਬਾਨਾਂ ਲਗਾ ਕੇ ਸੜਕਾਂ ਦੇ ਉੱਤੇ ਜਾ ਕੇ ਸਾਡੇ ਭੰਡੀ ਪ੍ਰਚਾਰ ਕਰਦੇ ਨੇ, ਅਸੀਂ ਉਹਨਾਂ ਚੇਤਾਵਨੀ ਦਿੰਦੇ ਹਾਂ ਜੇ ਅੱਜ ਤੋਂ ਬਾਅਦ ਸਾਡੇ ਕਿਸੇ ਵੀ ਲੀਡਰ ਦੇ ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਜਾਂ ਉਪ ਮੁੱਖ ਮੰਤਰੀ ਸਾਹਿਬ ਜਾਂ ਮਜੀਠੀਆ ਸਾਹਿਬ ਦੇ ਖਿਲਾਫ਼ ਕੋਈ ਵੀ ਗੱਲ ਕਹੀ ਹੈ ਜੀ ਤਾਂ ਯੂਥ ਅਕਾਲੀ ਦਲ ਉਹਦਾ ਇੱਟ ਦਾ ਜਵਾਬ ਪੱਥਰ ਨਾਲ ਦਊਗਾ।